ਪੰਜਾਬ ਜਿਹੜਾ ਸੀਗਾ ਔਰ ਦੇਸ਼ ਜਿਹੜਾ ਸੀਗਾ ਦੁਬਾਰਾ ਰੀ ਤੇ ਆ ਰਿਹਾ ਸੀਗਾ ਕਿ ਲੱਗਦਾ ਲੋਕਡਾਊਨ ਲੱਗਣ ਦੀ ਦੁਬਾਰਾ ਤੋਂ ਉਤਨੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ। ਦੇਖੋ ਮੈਂ ਸਮਝਦਾ ਰਾਤ ਦਾ ਕਰਫਿਊ ਲਾਉਣ ਦੀ ਕੋਈ ਤੁੱਕ ਨਹੀਂ ਬਣਦੀ ਹੈਗੀ। ਰਾਤ ਦਾ ਕਰਫਿਊ ਜਿਹੜਾ ਹੈਗਾ ਉਹਦੇ ਨਾਲ ਮੈਂ ਸਮਝਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਹੈਗਾ। ਔਰ ਦੂਜੀ ਵੱਡੀ ਗੱਲ ਹੈਗਾ ਕਿ ਸਾਡੀ ਆਰਥਿਕਤਾ ਜਿਹਨੇ ਸਾਡੇ ਆਮ ਲੋਕਾਂ ਦਾ ਪਹਿਲੇ ਜੀਣਾ ਦੁੱਬਰ ਕੀਤਾ ਹੋਇਆ ਸੀਗਾ ਉੱਤੋਂ ਇੰਨੇ ਭਾਰੀ ਟੈਕਸ ਕੈਪਟਨ ਸਾਹਿਬ ਨੇ ਲਾਤੇ ਉੱਤੋਂ ਇਹ ਲਾਉਣਾ, ਸੋ ਇਹਦੇ ਨਾਲ ਪੰਜਾਬ ਦੀ ਹੋਰ ਮੰਦਹਾਲੀ ਵੱਲ ਵੱਧ ਰਿਹਾ, ਪੰਜਾਬ ਹੋਰ ਜਿਹੜਾ ਹੈਗਾ ਮਤਲਬ ਮੰਦਹਾਲੀ ਵੱਲ ਜਾ ਰਿਹਾ ਹੈਗਾ। ਪ੍ਰਸ਼ਾਂਤ ਕਿਸ਼ੋਰ ਨੂੰ ਜਿਹੜੀ ਦੁਬਾਰਾ ਤੋਂ ਨਿਯੁਕਤੀ ਕੀਤੀ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ ਉਸ ਨਿਯੁਕਤੀ ਨੂੰ? ਔਰ ਲੱਗਦਾ ਹੈ ਕਿ ਪਿਛਲੇ ਵਾਰ ਜੋ ਵਾਅਦੇ ਕੀਤੇ ਗਏ ਸੀਗੇ ਇਸ ਵਾਰ ਵੀ ਲਗਾਤਾਰ ਲੋਲੀਪੌਪ ਹੀ ਦਿਖਾਏ ਜਾਣਗੇ, ਜਿਹੜੇ ਕੰਮ ਜਿਹੜੇ ਸੀ ਉਹ ਨਹੀਂ ਹੋ ਪਾਣਗੇ ਲਗਾਤਾਰ? ਦੇਖੋ 2016 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਪਾਰਟੀ ਨੇ ਹਾਇਰ ਕੀਤਾ ਸੀ, ਮੈਂ ਯਾਦ ਕਰਾਂ ਤੁਹਾਨੂੰ ਸਾਰਿਆਂ ਨੂੰ, 2016 ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਪਾਰਟੀ ਨੇ ਹਾਇਰ ਕੀਤਾ ਸੀਗਾ। ਹੁਣ ਪੰਜਾਬ ਸਰਕਾਰ ਨੇ ਹਾਇਰ ਕੀਤਾ ਹੈਗਾ, ਹੁਣ ਤੁਹਾਡੇ ਟੈਕਸ ਦੇ ਪੈਸੇ ਉਹਨੂੰ ਦੇ ਰਹੇ ਨੇਗੇ। 2016 ਦੇ ਵਿੱਚ ਪੰਜਾਬ ਵਿੱਚ ਰੱਜ ਕੇ ਝੂਠ ਬੋਲਿਆ, ਰੱਜ ਕੇ ਕੁਫਰ ਤੋਲਿਆ, ਰੱਜ ਕੇ ਵਾਅਦੇ ਕੀਤੇ ਕਿ ਘਰ ਘਰ ਰੁਜ਼ਗਾਰ ਦੇ ਦਿਆਂਗੇ, ਘਰ ਘਰ ਨੌਕਰੀ ਮਿਲ ਜੂਗੀ, ਕਿਸਾਨ ਦਾ ਕਰਜ਼ਾ ਖਤਮ ਹੋ ਜੂਗਾ, ਕਿਸਾਨ ਦੀ ਕਰਜ਼ਾ ਮੁਕਤੀ ਹੋ ਜੂਗੀ, ਦਲਤਾਂ ਨੂੰ 5 ਵਰਲੇ ਪਲਾਟ ਮਿਲਣਗੇ, ਠੀਕ ਆ, ਪੰਜਾਬ ਦੇ ਮੁਲਾਜ਼ਮਾਂ ਨੂੰ ਸ਼ਿਵਾ ਪੇ ਕਮਿਸ਼ਨ ਮਿਲੂਗਾ, ਪੰਜਾਬ ਦੇ ਦਲਤਾਂ ਨੂੰ 2500 ਰੁਪਏ ਪੈਨਸ਼ਨ ਮਿਲ ਜੂਗੀ ਜੀ, 51,000 ਸਲਨ ਸਕੀਮ ਹੋ ਜੂਗੀ, ਸਾਰੇ ਵਾਅਦੇ ਕੀਤੇ, ਵੱਡੇ ਵੱਡੇ ਵਾਅਦੇ ਕੀਤੇ, ਪਰ ਲੇਕਿਨ ਉਹ ਵਾਅਦੇ ਪੰਜਾਬ ਦੇ ਲੋਕਾਂ ਨੂੰ ਵਫਾ ਨਹੀਂ ਹੋਏ। ਹੁਣ ਦੁਬਾਰਾ ਫਿਰ ਉਸੇ ਇੱਕ ਫਰੇਬੀ ਆਦਮੀ ਨੂੰ, ਉਸੇ ਇੱਕ ਫਰਾਡ ਆਦਮੀ ਨੂੰ, ਉਸੇ ਇੱਕ ਧੋਖੇਬਾਜ਼ ਆਦਮੀ ਨੂੰ ਜਿਹੜਾ ਹੈ ਦੁਬਾਰਾ ਹਾਇਰ ਕੀਤਾ ਗਿਆ। ਸੋ ਇੱਥੋਂ ਪਤਾ ਲੱਗਦਾ ਗਾ ਕਿ ਕੈਪਟਨ ਸਾਹਿਬ ਨੇ 4 ਸਾਲਾਂ ਦੇ ਵਿੱਚ ਪੰਜਾਬ ਦਾ, ਪੰਜਾਬੀਆਂ ਦਾ ਕੋਈ ਕੰਮ ਨਹੀਂ ਕੀਤਾ ਹੈ ਸਵਾਈ ਲੁੱਟਣ ਦੇ। ਹੁਣ ਇੱਕ ਹੋਰ ਮੈਂ ਸਮਝਦਾ ਵੋਟਾਂ ਲੁੱਟਣ ਵਾਲਾ ਲੁਟੇਰਾ ਜਿਹੜਾ ਕਿ ਵੋਟਾਂ ਲੁੱਟਦਾ ਕਿਵੇਂ ਲੋਕਾਂ ਨੂੰ ਗੁਮਰਾਹ ਕਰਦਾ ਉਹ ਲੈ ਕੇ ਆਉਂਦਾ ਗਾ, ਪਰ ਲੇਕਿਨ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦਾ ਚਿਹਰਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਗਾ, ਲੋਕਾਂ ਨੂੰ ਪਤਾ ਗਾ ਕਿ ਬਹੁਤ ਵੱਡਾ ਝੂਠਾ ਆਦਮੀ ਆ। ਸੋ ਇਸ ਵਾਰ ਪੰਜਾਬ ਦੇ ਲੋਕ ਉਸ 'ਤੇ ਯਕੀਨ ਨਹੀਂ ਕਰਨਗੇ, ਨਾ ਕੈਪਟਨ ਸਾਹਿਬ 'ਤੇ ਕਰਨਗੇ, ਨਾ ਕਾਂਗਰਸ ਪਾਰਟੀ 'ਤੇ, ਨਾ ਪ੍ਰਸ਼ਾਂਤ ਕਿਸ਼ੋਰ 'ਤੇ, ਕਿਉਂਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ ਹੁੰਦੀ। ਆਮ ਆਦਮੀ ਪਾਰਟੀ ਦਾ ਜੋ ਸਾਨੂੰ ਲੱਗ ਰਿਹਾ, ਕਿਉਂਕਿ ਲੋਕਲ ਬੋਡੀਜ਼ ਦੀਆਂ ਇਲੈਕਸ਼ਨ ਦੇ ਵਿੱਚ ਬਹੁਤ ਸਾਰਾ ਹਾਲਾਤ ਜਿਹੜੇ ਦੇਖਣ ਨੂੰ ਮਿਲੇ, ਗ੍ਰਾਫ ਡਿੱਗਦਾ ਹੋਇਆ ਨਜ਼ਰ ਆ ਰਿਹਾ, ਕਿਸ ਤਰ੍ਹਾਂ ਚੀਮਾ ਸਾਹਿਬ ਉਹਨੂੰ ਦੁਬਾਰਾ ਅਪਗ੍ਰੇਡ ਕੀਤਾ ਜਾ ਸਕਦਾ, ਕਿਆ ਲੱਗਦਾ ਮੰਥਨ ਕਰਨ ਦੀ ਜ਼ਰੂਰਤ ਹੈ ਕੁਛ ਹੁਣ, ਕਿਉਂਕਿ ਲਗਾਤਾਰ ਹੀ ਜਦੋਂ ਇਹੀ ਇਲੈਕਸ਼ਨਾਂ ਜਦੋਂ ਇਸੇ ਮਿਊਂਸਪਲ ਕਮੇਟੀ ਦੀਆਂ ਜਾਂ ਐਮ ਸੀ ਦੀਆਂ ਇਲੈਕਸ਼ਨਾਂ 2016 ਦੇ ਵਿੱਚ ਹੋਈਆਂ ਸੀਗੀਆਂ, ਉਦੋਂ ਕਾਂਗਰਸ ਪਾਰਟੀ ਕੈਪਟਨ ਸਾਹਿਬ ਜਾਂ ਕਾਂਗਰਸ ਪਾਰਟੀ ਸਾਰੇ ਸਾਰੇ ਦਿੱਗਜ ਹਾਰ ਗਏ ਸੀਗੇ, ਸਾਰੇ ਆਪਣੇ ਵਾਰਡਾਂ 'ਚੋਂ ਹਾਰ ਗਏ ਸੀ। ਉਸ ਸਮੇਂ ਅਕਾਲੀ ਦਲ ਨੇ ਧੱਕੇ ਨਾਲ ਡੰਡੇ ਨਾਲ ਲੋਕਤੰਤਰ ਦਾ ਕਤਲ ਕਰਕੇ ਇਲੈਕਸ਼ਨਾਂ ਜਿੱਤੀਆਂ ਸੀਗੀਆਂ, ਉਸੇ ਤਰ੍ਹਾਂ ਦੇ ਉੱਤੇ ਅੱਜ ਕੈਪਟਨ ਸਾਹਿਬ ਨੇ ਕੀਤਾ ਗਾ, ਲੋਕਾਂ ਨੂੰ ਡਰਾ ਕੇ ਦਹਿਸ਼ਤ ਪੈਦਾ ਕਰਕੇ ਗੋਲੀਆਂ ਚਲਾ ਕੇ ਨਸ਼ੇ ਬਣ ਕੇ ਇਲੈਕਸ਼ਨ ਜਿੱਤੀ ਆ। ਔਰ ਜ਼ਿਆਦਾ ਜ਼ਿਆਦਾ ਮਤਲਬ 2022 ਤੱਕ ਪੰਜਾਬ ਦੇ ਲੋਕ ਜਾ ਕੇ ਕੈਪਟਨ ਸਾਹਿਬ ਦਾ ਬਿਸਤਰਾ ਗੋਲ ਕਰਨਗੇ, ਕਿਉਂਕਿ 2016 ਦੇ ਵਿੱਚ ਜਿਵੇਂ ਅਕਾਲੀ ਦਲ ਜਿੱਤਿਆ ਸੀਗਾ, 2017 ਦੇ ਵਿੱਚ ਅਕਾਲੀ ਦਲ ਦਾ ਬਿਸਤਰਾ ਗੋਲ ਕੀਤਾ ਗਿਆ, 2022 ਦੇ ਵਿੱਚ ਜਿਹੜਾ ਕਾਂਗਰਸ ਦਾ ਵੀ ਬਿਸਤਰਾ ਗੋਲ ਕਰਨਗੇ।